ਹੋਇਆ ਨਹੀਂ ਹੈ। ਅਸੀਂ 5 ਸਾਲ ਕੇਂਦਰ ਦੀ ਸਰਕਾਰ ਤੇ ਰਾਜ ਕੀਤਾ, 10 ਸਾਲ ਅਸੀਂ ਸੂਬੇ ਪੰਜਾਬ ਦੇ ਉੱਪਰ ਰਾਜ ਕੀਤਾ। ਅਸੀਂ ਕੰਪੈਰੀਜ਼ਨ ਕਰਨਾ ਹੈ ਕਿ ਜਿਹੜਾ ਅਸੀਂ 10 ਸਾਲ ਰਾਜ ਕੀਤਾ ਸੀ ਉਹ ਵਧੀਆ ਸੀ ਜਾਂ ਜਿਹੜੀ ਮੌਜੂਦਾ ਸਰਕਾਰ ਰਾਜ ਕਰ ਰਹੀ ਹੈ ਜਿਹਨਾਂ ਨੂੰ 2 ਸਾਲ ਪੁਤੀਨ ਜਿਹੜੇ ਗੋਰੀਆਂ ਨੇ ਉਹਨਾਂ ਨਾਲ 2 ਬੰਦਿਆਂ ਨਾਲ ਡਾਇਰੈਕਟ ਜਿਹੜੇ ਹੈ ਉਹ ਗੱਲ ਕਰਦੇ। ਇਸ ਕਰਕੇ ਤੁਸੀਂ ਕੰਪੈਰੀਜ਼ਨ ਕਰਨਾ ਜਿਹਨਾਂ ਨੇ ਦੇਸ਼ ਦੇ 50 ਸਾਲ ਰਾਜ ਕੀਤਾ ਹੈ ਉਹਨਾਂ ਨੇ ਵਾਕਈ ਕਿਆ ਹੈ ਸੀ, ਉਹਨਾਂ ਨੇ ਦੇਸ਼ ਵਾਸਤੇ ਕੀ ਕੀਤਾ ਹੈ ਤੇ ਅਸੀਂ 5 ਸਾਲਾਂ ਦੇ ਅੰਦਰ ਅਸੀਂ ਜਾ ਕੇ ਲੋਕਾਂ ਦੇ ਅੰਦਰ ਦੱਸਣਾ ਹੈ। ਬੜੇ ਭੁਲੇਖੇ ਗੱਲ ਬਤਾਈ ਜਾ ਰਹੇ ਔਰ ਜਿਹਨਾਂ ਨੇ 50 ਸਾਲ ਰਾਜ ਕੀਤਾ ਉਹ ਗੱਲ ਕਰਦੇ ਅੱਜ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਕਰਨਾ ਖਤਮ ਕਰਨਾ। ਉਹ ਪ੍ਰਿਯੰਕਾ ਜੀ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਲਾਂਗੇ। ਮੈਂ ਹੁਣ ਸਰਕਾਰ ਦੇ ਸਰਬੋਤਮ ਪਾਤਰ ਸਰਵਕਾਲੀ ਰਾਜਨੀਤੀ
ਸਭਿਆ ਭਾਸ਼ਾ ਮੇਰੇ ਲਈ ਬੋਲਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹ ਕਾਂਗਰਸ ਦਾ ਕਲਚਰ ਹੈ,
ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਦੇ ਲੋਕ ਐਸੇ ਸੱਭਿਅ ਭਾਸ਼ਾ ਵਾਲੇ ਲੋਕਾਂ ਨੂੰ ਪੂਰੀ ਤਰ੍ਹਾਂ ਸਬਕ ਸਿਖਾਉਂਦੇ ਨੇ। ਪਰ ਮਨੀਸ਼ ਜੀ ਦਾ ਇਸ ਸੱਭਿਅ ਭਾਸ਼ਾ ਦਾ ਜਵਾਬ 19 ਤਰੀਕ ਨੂੰ ਮੈਂ ਸਮਝਦਾ ਤੱਕੜੀ ਦਾ ਬਟਨ ਦਬਾ ਕੇ ਬਦਲਾ ਲੈਣਗੇ, ਕਿਉਂਕਿ ਅੱਜ ਬਖਰਾਹਟ 'ਚ ਆਏ ਨੇ ਕਾਂਗਰਸ ਦੇ ਉਮੀਦਵਾਰ। ਕਾਂਗਰਸ ਦੇ ਅੰਦਰ ਇਹ ਵਿਦਰੋਹ ਹੋਇਆ ਖੜਾ। ਕਾਂਗਰਸ ਦੇ ਅੰਦਰ ਇਹ ਲੋਕ ਕਹਿੰਦੇ ਨੇ ਕਿ ਇਹਦਾ ਨਾ ਲੇਗਾ ਨਾ ਦੇਗਾ ਨਾ ਕੁੰਜਾ ਨਾ ਖੱਲਾ, ਇਹ ਨਾ ਅਨੰਦਪੁਰ ਸਾਹਿਬ ਹਲਕੇ ਦਾ ਨਾ ਪੰਜਾਬ ਦਾ, ਇਹ ਆਣ ਕੇ ਇੱਥੇ ਸਾਡੇ ਪੱਲੇ ਪਾਇਆ। ਅੱਜ ਜਿਹੜਾ ਅਣਖੀ ਅਤੇ ਗੈਰਤੀ ਕਾਂਗਰਸੀ ਨੇ ਉਹ ਕਾਂਗਰਸ ਦੀ ਲੀਡਰਸ਼ਿਪ ਦੇ ਵਿਰੁੱਧ ਬੋਲਣ ਲਈ ਤਿਆਰ ਹੋਏ ਬੈਠੇ ਨੇ। ਅਬਾਲੀ ਜੀ ਖੜ੍ਹੇ ਨੇ ਤੁਹਾਡੇ ਸਾਹਮਣੇ, ਕਿੰਨੇ ਲੋਕ ਇਸ ਬਗਾਵਤ ਦੇ ਸੁਰ ਦੇ। ਮੈਨੂੰ ਤਾਂ ਇਹ ਲੱਗਦਾ ਵੀ ਕਿਸੇ ਟਾਈਮ ਵੀ, ਮੈਨੂੰ ਤਾਂ ਇਸ ਤਰ੍ਹਾਂ ਨਜ਼ਰ ਆ ਰਿਹਾ ਵੀ ਕਿਸੇ ਟਾਈਮ ਵੀ ਕਾਂਗਰਸ ਦੀ ਉੱਠੀ ਬਗਾਵਤੀ ਸੁਰਾਂ ਮਨੀਸ਼ ਤਿਵਾੜੀ ਦੇ ਬਾਹਰੀ ਹੋਣ ਕਰਕੇ ਉਹ ਕਦੇ ਵੀ ਆਪਣੀ ਟਿਕਟ ਛੱਡ ਕੇ ਭੱਜ ਸਕਦਾ, ਕਿਉਂਕਿ ਟਿਕਟ ਛੱਡ ਕੇ ਭੱਜਣ ਦੇ ਵਾਦੀ ਨੇ। ਅਬਾਲੀ ਸਾਹਿਬ ਆਪਣੇ ਸ਼ਾਸਨ ਦੇ ਵਿੱਚ ਮੰਤਰੀ ਰਹੇ ਨੇ ਚੰਦੀ ਜੀ, ਉਹਨਾਂ ਨੇ ਆਪਣੀ ਇੱਕ ਰੈਲੀ ਲਈ ਉੱਥੇ ਦੇ ਕਿਸਾਨਾਂ ਜੋੜਾ ਉਹਦੀ ਕਣਕ ਪਈ ਸੀ ਗੁਰਦੁਆਰ ਸਾਹਿਬ ਦੇ ਵਿੱਚ ਬਾਹਰ ਕਢਾ ਕੇ ਰੈਲੀ ਲਈ ਇਹੋ ਜਿਹਾ ਕੰਮ ਕੀਤਾ ਹੈ, ਕੋਈ ਚੰਗੀ ਗੱਲ ਹੈ? ਚੰਨੀ ਜੀ ਦੇ ਬਾਰੇ ਹੋਰ ਬੜਾ ਕੋਈ ਦੱਸਣ ਵਾਲਾ ਨਹੀਂ ਚਾਹੀਦਾ, ਤੁਹਾਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਅਸੀਂ ਜਦੋਂ ਕਾਂਗਰਸ ਸੀ ਅਸੀਂ ਬਚਾਓ ਕੀਤਾ ਸੀ, ਰੁਕ ਜਾਓ ਥੋੜ੍ਹੇ ਦਿਨ ਹੋਰ ਬੜਾ ਕੁਛ ਦੱਸਾਂਗੇ ਆਉਣ ਵਾਲੇ ਦੇ ਵਿੱਚ। ਤੁਹਾਨੂੰ ਸਾਰੇ ਮੀਡੀਆ ਨੂੰ ਪਤਾ ਕਿ ਚੰਨੀ ਜੀ ਨੇ ਕੀ ਕੀਤਾ ਹੋਇਆ, ਉਹ ਮਾਣੀਏ ਕਿਉਂਕਿ ਮੁੱਖ ਮੰਤਰੀ ਵੀ ਉਹੋ ਜਿਹੇ ਨਹੀਂ ਨੇ, ਚੰਨੀ ਵੀ ਉਹੋ ਜਿਹੀ, ਆਪਾਂ ਨੂੰ ਸਾਰਿਆਂ ਨੂੰ ਪਤਾ ਇਸ ਚੀਜ਼ ਦੇ ਬਾਰੇ। ਇਹ ਚੰਨੀ ਜੀ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਨੇ ਨਾ ਜੋ ਕਰ ਰਹੇ ਨੇ ਸਾਨੂੰ ਸਾਰਾ ਕੁਛ ਪਤਾ ਹੋਗਾ, ਔਰ ਬਹੁਤ ਖੁਲਾਸੇ ਕਰਾਂਗਾ ਆਉਣ ਵਾਲੇ ਟਾਈਮ 'ਚ। ਬਾਲੀ ਸਾਹਿਬ ਜਦੋਂ ਤੁਸੀਂ ਕਾਂਗਰਸ ਪਾਰਟੀ ਨੂੰ ਅਸਤੀਫਾ ਦਿੱਤਾ ਸੀ ਤੁਸੀਂ ਮੈਨੂੰ ਕੋਈ ਵੀ ਦੱਸ ਦਿਓ ਖੁਲਾਸਾ, ਸਾਰੇ ਖੁਲਾਸੇ ਨੇ ਜੀ, ਉਹ ਟਿਕਟਾਂ ਵਿਕੀਆਂ ਨੇ, ਟਿਕਟਾਂ ਵਿਕੀਆਂ ਨੇ ਪੰਜਾਬ ਦੇ ਵਿੱਚ ਸਾਰੇ ਖੁਲਾਸੇ ਨੇ, ਕਿਹਨਾਂ ਨੇ ਪੈਸੇ ਲਏ ਨੇ ਉਹ ਵੀ ਖੁਲਾਸੇ ਨੇ, ਜਿਹੜੇ ਕਾਂਗਰਸ ਦੇ ਵਰਕਰ ਸੀ ਟਿਕਟਾਂ ਉਹਨਾਂ ਨੂੰ ਦਿੱਤੀਆਂ ਇਹ ਖੁਲਾਸੇ ਨੇ, ਕਿਉਂ ਦਿੱਤੀਆਂ ਉਹਨਾਂ ਨੂੰ ਇਹ ਖੁਲਾਸੇ ਨੇ, ਇਹ ਤੇ ਜੱਗ ਜ਼ਾਹਿਰ ਹੈ ਨਾ ਜੀ। ਲੋਕ ਮਾਰੂ ਸਰਕਾਰ ਜਿਹੜੀ ਹੈ ਅਮਰਿੰਦਰ ਸਿੰਘ ਸਾਹਿਬ ਜਿਹੜੇ ਲੋਕ ਮਾਰੂ ਸਰਕਾਰ ਦੇ ਚੀਫ ਮਿਨਿਸਟਰ, ਜਿਹੜੇ ਬਾਹਰ ਦੇ ਉਮੀਦਵਾਰ ਆ ਕੇ ਇੱਥੇ ਦਿੱਤੇ ਨੇ, ਕਿਉਂ ਦਿੱਤੇ ਨੇ ਇਹਨਾਂ ਨੂੰ ਤੁਸੀਂ ਇਹ ਦੇਖੋ, ਕੀ ਹੈ ਮਨੀਸ਼ ਤਿਵਾੜੀ ਜੀ ਦਾ ਇੱਥੇ, ਕੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਆ ਰਹੇ ਹੋਏ ਐਮਐਲਏ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਹੈਗੀਆਂ ਸਰ, ਕਿਹਾ ਜਾ ਸਕਦਾ ਹੈ ਜਿਹੜੀਆਂ ਮੁੱਖ ਪੁਚਾਈ ਚਾਹੀਏ ਚੋਣਾਂ ਹੋਈਆਂ, ਭਾਵੇਂ ਜਿਹੜੀ ਵੀ ਚੋਣਾਂ ਹੋਈਆਂ ਉਹਨਾਂ ਵਿੱਚ ਪੂਰੇ ਖਬਰੇ ਚੱਲੇ ਸੀਗਾ, ਡੰਡਾ ਚੱਲਿਆ ਜੀ, ਪੂਰਾ ਡੰਡਾ ਚੱਲਿਆ, ਪੂਰਾ ਡੰਡਾ ਚੱਲਿਆ, ਕੋਈ ਜਿਹੜੀ ਇਹ ਇਮਾਨਦਾਰੀ ਦੀ ਨਹੀਂ ਹੋਈ। ਮੈਂ ਦਾਅਵੇ ਨਾਲ ਕਹਿ ਸਕਦਾ ਜਿੱਥੇ ਮਰਜ਼ੀ ਬੁਲਾ ਲਓ, ਜਿਹੜੇ ਮਰਜ਼ੀ ਚੈਨਲ ਤੇ ਬੁਲਾ ਲਓ ਮੈਨੂੰ, ਔਰ ਮੈਂ ਕਾਂਗਰਸ ਦਾ ਭੇਤੀ ਹਾਂ, ਮੈਨੂੰ ਪਤਾ ਇਸ ਚੀਜ਼ ਦਾ, ਮੈਂ ਛੱਡ ਕੇ ਕਿਉਂ ਆਇਆ, ਅਜੇ ਮੇਰੀ 3 ਸਾਲ ਸਰਕਾਰ ਹੋਰ ਪਈ ਸੀ, ਔਰ ਮੈਂ ਪੰਜਾਬ ਗੌਰਮੈਂਟ ਦਾ ਸਪੋਕਸਮੈਨ ਸੀ, ਮੈਂ ਬੜੇ ਸੁੱਖ ਭੁੱਖ ਸਕਦਾ ਸੀ, ਮੇਰੀ ਆਤਮਾ ਨੇ ਆਵਾਜ਼ ਨਹੀਂ ਦਿੱਤੀ ਵੀ ਇਸ ਤੋਂ ਜ਼ਿਆਦਾ ਝੂਠ ਨਹੀਂ ਬੋਲਿਆ ਜਾ ਸਕਦਾ। ਜੋ ਲੋਕ ਮਾਰੂ ਸਰਕਾਰ ਹੈਗੀ ਹੈ ਪੰਜਾਬ ਦੀ, ਜੋ ਮੁੱਖ ਮੰਤਰੀ ਨੇ ਲੋਕਾਂ ਨੂੰ ਝੂਠੇ ਸਵਾਸ਼ਨ ਦਿੱਤੇ ਨੇ, ਉਹਦੇ ਤੋਂ ਸਾਡਾ ਮਨ ਅੱਕ। ਤੁਸੀਂ ਦੇਖਿਆ ਕਿ ਲੋਕਾਂ ਨੇ ਕਿੰਨਾ ਹੁੰਦਾ ਹੈ, ਕਿਉਂਕਿ ਅਸੀਂ 3 ਚੀਜ਼ਾਂ ਲੈ ਕੇ ਲੋਕਾਂ ਨੂੰ ਪਹਿਲਾਂ ਸਾਡੇ ਕੈਂਡੀਡੇਟ ਦੀ ਧਰਤੀ ਹੈ, ਦੂਸਰੀ ਧਾਰੀ ਸਾਹਿਬ ਦੀ ਸਾਡੀ ਸਟੇਟ ਦੀ ਧਰਤੀ ਕਰਦੇ ਹਨ, ਤੀਸਰਾ 5 ਸਾਲ ਦੀ ਜਿਹੜੀ ਸਾਡੀ ਮੋਦੀ ਸਰਕਾਰ ਦੀ ਧਰਤੀ ਹੈ, ਉਦੋਂ ਅਸੀਂ ਉਸ ਆਧਾਰ ਤੇ ਲੋਕਾਂ ਨੂੰ ਦੇਖ ਰਹੇ ਲੋਕਾਂ 'ਚ ਕਿੰਨਾ ਜ਼ਿਆਦਾ ਹੁੰਦਾ, ਔਰ ਅਸੀਂ ਬਹੁਤ ਚੰਗੀ ਜਿਹੜੀ ਸਾਡੇ ਕੋਲ ਕਿਵੇਂ